आज देश के 78वें स्वतंत्रता दिवस के अवसर पर पंजाब के ऐतिहासिक शहर जालंधर के श्री गुरु गोविंद सिंह जी स्टेडियम में राज्य स्तरीय कार्यक्रम का आयोजन किया गया। इस दौरान पंजाब के मुख्यमंत्री भगवंत सिंह मान मुख्य रूप से मौजूद रहे और राष्ट्रीय ध्वज फहराया। इस दौरान उन्होंने देश की स्वतंत्रता के लिए अपने प्राण न्यौछावर करने वालों को याद किया। साथ ही कहा कि आज़ादी में 80% कुर्बानियां पंजाबियों की है, जिसे कभी भी भुलाया नहीं जा सकता। स्वाज एक होर शायद बहुत घट लोगों को पता होगा जिहड़ी गल हुण मैं कहन लग्या कि अज दे दिन शहीद आजम भगत सिंह जी दे चाचा जी शहीद अजीत सिंह उन्हां दी भी डैथ एनवर्सरी है। तुसीं देखो जलावतनी कट्टी पगड़ी संभाल जट्टा दे बानी सी, ओह देश निकाला मिल गया, जर्मनी च रहे, भगत सिंह नूं चिणग भी अपने चाचे तो ही लगी सी जदों दमूकां बीजण दी गल करदा सी। देश च आ गए डलहौजी सी जदों 15 अगस्त होई, अज दा दिन आया, अज दे दिन उन्हां दी मौत हो गई और जांदे होए दे लफ्ज सी चलो शुक्र है आखिरी सां जिहड़े ने उह आजादी च लैके चले आ, आखिरी सां आजादी च लै, इहो जे साडे कोल शहीद इहो जे परवाने पए। सो मैं ਤੁਸੀਂ ਬਹੁਤ ਚਿਰ ਦੇ ਬੈਠੇ ਹੋ, ਪਰਫੋਰਮ ਵੀ ਕਰਨਾ, ਮੁੰਡੇ ਪਰੇਡ ਵਾਲੇ ਖੜ੍ਹੇ ਨੇ ਕਾਫੀ ਦੇਰ ਤੋਂ, ਮੈਂ ਇੰਨਾ ਹੀ ਕਹੂੰਗਾ ਅੱਜ ਦੇ ਦਿਨ 'ਤੇ ਕਿ ਇਕੱਠੇ ਰਹਿਣਾ ਔਰ ਪੰਜਾਬ ਜਿਹੜਾ ਉਹਦੀ ਧਰਤੀ ਇੰਨੀ ਚਰਖੇਜ ਹੈ ਜੋ ਮਰਜ਼ੀ ਬੀਜ ਸੁੱਟ ਦਿਉ ਉੱਗ ਜੂਗਾ, ਜੋ ਮਰਜ਼ੀ ਬੀਜ ਬੀਜ ਦਿਉ ਉੱਗ ਜੂਗਾ, ਪਰ ਇੱਕ ਨਫ਼ਰਤ ਦਾ ਬੀਜ ਪੰਜਾਬ ਦੀ ਧਰਤੀ 'ਤੇ ਉੱਗ ਨਹੀਂ ਸਕਦਾ। ਇਸ ਗੱਲ ਦੀ ਮੈਂ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਕਾਰੀ ਦੇਣੀ ਚਾਹੁੰਦਾ ਕਿ ਸਾਡੀ ਸੋਸ਼ਲ ਬੌਂਡਿੰਗ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਦੇ ਕਿ ਅਸੀਂ ਇਹਨੂੰ ਇਧਰਲੇ ਸਮਾਜ ਨੂੰ ਇਧਰਲੇ ਸਮਾਜ ਨਾਲ ਲੜਾ ਦਾਂਗੇ। ਸਾਡੀਆਂ ਈਦਾਂ, ਸਾਡੀਆਂ ਸ਼ਬਰੀਦਾਂ, ਸਾਡੀਆਂ ਰਾਮਨੌਮੀਆਂ, ਸਾਡੇ ਗੁਰਪੁਰਬ, ਸਾਡੀਆਂ ਕ੍ਰਿਸਮਸਾਂ, ਸਾਡੀਆਂ ਹਨੂੰਮਾਨ ਜੈਂਤੀਆਂ ਸਭ ਸਾਂਝੀਆਂ ਨੇ। ਸਾਨੂੰ ਰਾਮਨੌਮੀ ਵੇਲੇ ਜਾਂ ਗੁਰਪੁਰਬ ਵੇਲੇ ਕਰਫੂ ਲਾਉਣ ਦੀ ਲੋੜ ਨਹੀਂ ਪੈਂਦੀ, ਸਾਡੇ ਤਾਂ ਇੱਥੇ ਸਾਰੇ ਬੰਦੇ ਇਕੱਠੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਤਿਉਹਾਰਾਂ ਦੇ ਵਿੱਚ ਜਾ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ। ਸੋ ਆਓ ਇਕੱਠੇ ਰਹੀਏ, ਏਕਾ ਰੱਖੀਏ। ਸ਼ਹੀਦਾਂ ਦਾ ਇਹੀ ਸੁਪਨਾ ਸੀ। ਦੇਖੋ ਭਗਤ ਸਿੰਘ ਜੀ ਇੱਥੋਂ ਸੀ, ਅਸ਼ਫਾਕ ਉੱਲਾ ਯੂਪੀ ਤੋਂ ਸੀ, ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ, ਚੰਦਰ ਸ਼ੇਖਰ ਆਜ਼ਾਦ ਯੂਪੀ ਤੋਂ ਸੀ, ਕਿੰਨੇ ਸ਼ਹੀਦ ਸੀ, ਰਾਜਗੁਰੂ ਪੂਨੇ ਤੋਂ ਸੀ, ਫਿਰ ਸਾਰਾ ਦੇਸ਼ ਹੀ ਤਾਂ ਲੜ ਰਿਹਾ ਸੀ। ਹੁਣ ਆਪਾਂ ਇਹ ਨਾ ਵੰਡੀਏ ਕਿ ਭਗਤ ਸਿੰਘ ਸਾਡਾ ਸੀ, ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਸੀ, ਨਾ ਉਹ ਸਾਰੇ ਮੁਲਕ ਦੇ ਹੀ ਸੀ। ਸੋ ਉਹਨਾਂ ਨੇ ਤਾਂ ਇਹੀ ਲਿਖਿਆ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ। ਇੰਨਾ ਦੇਸ਼ ਭਗਤੀ 'ਚ, ਇੰਨਾ ਕੰਟਰੀ ਨੂੰ ਆਜ਼ਾਦ ਕਰਾਉਣ ਵਾਸਤੇ ਇਨਕਲਾਬ ਦੇ ਵਿੱਚ ਡੁੱਬ ਗਏ ਸੀਗੇ ਕਿ ਭਗਤ ਸਿੰਘ ਨੇ ਇਹ ਸ਼ੇਰ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਸੋ ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਨੇ। ਆਪਾਂ ਨੂੰ ਉਹਨਾਂ ਦੇ ਥੋੜ੍ਹਾ ਥੋੜ੍ਹਾ ਵੀ ਚੱਲ ਜਾਈਏ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ, ਤਾਂ ਸ਼ਾਇਦ ਆਪਣਾ ਮੁਲਕ ਜਿਹੜਾ ਉਹ ਨੰਬਰ 1 ਬਣ ਜੂਗਾ, ਦੇਸ਼ ਪੰਜਾਬ ਰੰਗਲਾ ਬਣ ਜੂਗਾ।